ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਜਾਏ। ਇਸ ਵਿੱਚ ਪੰਜਾਬ ਰਾਜ ਪੁਨਰਗਠਨ ਦੀ ਧਾਰਾ 78, 79, 80 ਅਤੇ 956 ਦੇ ਐਕਟ ਦੀ ਧਾਰਾ 14 ਬਾਰੇ ਸੰਵਿਧਾਨਿਕ ਰਾਏ ਮੰਗੀ ਜਾਏ। ਉਹਨਾਂ ਨੇ ਇਸ ਮਸਲੇ ਤੇ ਵਿਧਾਨ ਸਭਾ ਵਿੱਚ ਪ੍ਰਾਈਵੇਟ ਬਿੱਲ ਦੇ ਬਹਿਸ ਮੰਗੀ ਹੈ। ਬੈਂਸ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ, ਹੁਣ ਸਿਰਫ ਰਾਸ਼ਟਰਪਤੀ ਹੀ ਇਸ ਮਾਮਲੇ ਵਿੱਚ ਪੰਜਾਬ ਦੀ ਮਦਦ ਕਰ ਸਕਦੇ ਨੇ, ਕਿਉਂਕਿ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਇਹਨਾਂ ਧਾਰਾਵਾਂ ਬਾਰੇ ਸੰਵਿਧਾਨਿਕ ਰਾਏ ਮੰਗ ਸਕਦੇ ਨੇ। ਬੈਂਸ ਨੇ ਕਿਹਾ ਕਿ ਉਹਨਾਂ ਆਪਣਾ ਬਿੱਲ ਵਿਧਾਨ ਸਭਾ ਵਿੱਚ ਬਹਿਸ ਲਈ ਦੇ ਦਿੱਤਾ ਹੈ, ਬਹਿਸ ਕਰਾਉਣਾ ਜਾਂ ਨਾ ਕਰਾਉਣਾ ਸਰਕਾਰ ਦੀ ਮਰਜ਼ੀ ਹੈ। ਆਰਗੇਨਾਈਜੇਸ਼ਨ ਐਕਟ ਦੀ ਧਾਰਾ 78, 79 ਐਂਡ 80 ਅਤੇ ਰਿਵਰ ਵਾਟਰ ਡਿਸਪਿਊਟ ਐਕਟ 1956 ਦੀ ਧਾਰਾ 14, ਉਹਨਾਂ ਨੂੰ ਜਿਹੜੀਆਂ ਕਿ ਟੋਟਲ ਗੈਰ ਸੰਵਿਧਾਨਕ ਧਾਰਾਵਾਂ ਨੇ ਉਹਨਾਂ ਨੂੰ ਖਤਮ ਕਰਾਉਣ ਵਾਸਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਦਰਵਾਜ਼ੇ ਪੰਜਾਬ ਸਰਕਾਰ ਵਾਸਤੇ ਬੰਦ ਆ, ਪਰ ਇੱਕ ਦਰਵਾਜ਼ਾ ਸਾਡੇ ਕੋਲ ਅੱਜ ਵੀ ਓਪਨ ਹੈ, ਉਹ ਹੈ ਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ। ਰਾਸ਼ਟਰਪਤੀ ਜੀ ਸੁਪਰੀਮ ਕੋਰਟ ਤੋਂ ਪੰਜਵੀਂ ਰਹਿ, ਚਾਰ ਤਾਂ ਉਹਨਾਂ ਨੇ ਪਹਿਲਾਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਦੇ ਉੱਤੇ ਮੰਗ ਲਈਆਂ ਰਹਿਵਾਂ, ਪੰਜਵੀਂ ਰਹਿ ਇਹ ਮੰਗਣ ਕਿ ਇਹ ਦੋਨੋਂ ਧਾਰਾਵਾਂ 78 ਅਤੇ 1956 ਦੇ ਐਕਟ ਦੀ 14 ਕੀ ਇਹ ਦੋਨੋਂ ਧਾਰਾਵਾਂ ਸੰਵਿਧਾਨਕ ਹੈ, ਅਤੇ ਇਹ ਪ੍ਰਾਈਵੇਟ ਬਿੱਲ ਮੈਂ 100 ਨਹੀਂ ਮੈਂ 101% ਇਨਸ਼ੋਰ ਕਰਦਾ ਕਿ ਇਹ ਪ੍ਰਾਈਵੇਟ ਬਿੱਲ ਜੇ ਰਾਸ਼ਟਰਪਤੀ ਜੀ ਇਹ ਸਵਾਲ ਸੁਪਰੀਮ ਕੋਰਟ ਦੇ ਜੱਜਸ ਤੋਂ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੇ ਵਿੱਚ ਇਹ ਜੋੜ ਦੇਣ ਤਾਂ ਪੰਜਾਬ ਦੀ 100 ਨਹੀਂ 101% SYL ਇਸ਼ੂ ਦੇ ਉੱਤੇ ਜਿੱਤ ਹੋਏਗੀ, ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਪੰਜਾਬ ਦੀ ਜਿੱਤ ਹੋਏ।